ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਆਪਾਂ ਸਭ ਨੂੰ ਪਤਾ ਹੈ ਕਿ ਸਕੂਲ ਦੇ ਟਾਈਮ ਜਿਹੜੇ ਉਹ 10 ਵਜੇ ਦੇ ਨੇ, ਅਤੇ ਅੱਜ ਥੋੜ੍ਹਾ ਜਿਹਾ ਮੈਂ ਪਹਿਲਾਂ ਚੱਲਿਆ ਵਾਂ ਕਿਉਂਕਿ ਮੈਂ ਨਾ ਰਸਤੇ 'ਚ ਇੱਕ ਜਗ੍ਹਾ 'ਤੇ ਰੁਕਣਾ ਵਾਂ। ਕਿੱਥੇ ਰੁਕਣਾ ਵਾਂ? ਆਪਣੇ ਬਿਲਕੁਲ ਲਾਗੇ ਇੱਕ ਇਤਿਹਾਸਿਕ ਨਗਰ ਆ ਝਬਾਲ, ਅਤੇ ਉੱਥੇ ਮੈਂ ਰੁਕਣਾ ਵਾਂ। ਅਤੇ ਉੱਥੋਂ ਦਾ ਥੋੜ੍ਹਾ ਜਿਹਾ ਇਤਿਹਾਸ ਆਪਾਂ ਦੇਖਾਂਗੇ, ਬਾਕੀ ਆਪਾਂ ਤੁਹਾਨੂੰ ਅਗਲੀਆਂ ਵੀਡੀਓਜ਼ ਦੇ ਦੱਸਾਂਗੇ। ਆਓ ਚੱਲੀਏ। ਅਤੇ ਅੱਜ ਆਪਾਂ ਉਸ ਘਰ ਦੇ ਵਿੱਚ ਜਾਵਾਂਗੇ ਜਿਹੜਾ ਕਿ ਬਾਬਾ ਲੰਗਾਹ ਜੀ ਦੇ ਨਾਲ ਰਿਲੇਟਡ ਆ, ਅਤੇ ਜਿਸ ਘਰ ਦੇ ਵਿੱਚ ਮਾਈ ਭਾਗੋ ਜੀ ਦਾ ਜਨਮ ਹੋਇਆ। ਮਾਝੇ ਦਾ ਇਤਿਹਾਸਿਕ ਨਗਰ ਝਬਾਲ, ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਬਾਬਾ ਲੰਗਾਹ ਜੀ ਦੇ ਗੁਰਦੁਆਰਾ ਸਾਹਿਬ ਦੇ, ਜਿਹੜਾ ਕਿ ਸਥਿਤ ਹੈਗਾ ਏ ਬੁਰਜ ਰੋਡ 'ਤੇ, ਪਿੰਡ ਤੋਂ ਬਾਹਰਲੀ ਸਾਈਡ। ਚੌਧਰੀ ਲੰਗਾਹ ਜੀ ਦੇ ਪਿਤਾ ਦਾ ਨਾਮ ਸੀ ਅਬੁਲ ਖੈਰ, ਅਤੇ ਉਹ ਸੱਖੀ ਸਰਵਰ ਦੀ ਪੂਜਾ ਕਰਦੇ ਸਨ। ਕਹਿੰਦੇ ਇੱਕ ਵਾਰੀ ਚੌਧਰੀ ਲੰਗਾਹ ਜੀ ਜਿਹੜੇ ਸੀ ਉਹ ਬਿਮਾਰ ਪੈ ਗਏ, ਅਤੇ ਉਹਨਾਂ ਨੂੰ ਸੱਖੀ ਸਰਵਰ ਦੀ ਪੂਜਾ ਕਰਨ ਤੋਂ ਬਾਅਦ ਵੀ ਫਰਕ ਨਾ ਪਿਆ, ਅਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਗੁਰੂ ਘਰ, ਗੁਰੂ ਅਰਜਨ ਦੇਵ ਜੀ ਦੇ ਘਰ, ਗੁਰੂ ਨਾਨਕ ਦੇਵ ਜੀ ਦੇ ਘਰ ਜਾਓ, ਸ਼ਾਇਦ ਤੁਹਾਨੂੰ ਫਰਕ ਪੈ ਜਾਵੇ। ਅਤੇ ਫਿਰ ਕਹਿੰਦੇ ਕਿ ਉਹਨਾਂ ਦਾ ਆਖਾ ਮੰਨ ਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਮੰਨਣਾ ਸ਼ੁਰੂ ਕੀਤਾ, ਤਾਂ ਉਹ ਠੀਕ ਹੋ ਗਏ। ਇਸ ਉਪਰੰਤ ਉਹਨਾਂ ਨੇ ਸਾਰੇ ਪਰਿਵਾਰ ਨੇ ਗੁਰਸਿੱਖੀ ਨੂੰ ਧਾਰਨ ਕਰ ਲਿਆ, ਅਤੇ ਉਹ ਗੁਰਸਿੱਖ ਬਣ ਗਏ। ਇਸੇ ਪਿੰਡ ਦੇ ਵਿੱਚ ਬਾਬਾ ਲੰਗਾਹ ਜੀ ਦਾ ਘਰ ਵੀ ਸਥਿਤ ਹੈ, ਅਤੇ ਉਹ ਵੀ ਆਪਾਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਉਂਦੇ ਹਾਂ ਜਿੱਥੇ ਮਾਈ ਭਾਗੋ ਜੀ ਦਾ ਜਨਮ ਹੋਇਆ, ਉਹ ਜਗ੍ਹਾ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ। ਇਹ ਹੈ ਮਾਈ ਭਾਗੋ ਜੀ ਦਾ ਜਨਮ ਸਥਾਨ। ਇਸ ਸਥਾਨ 'ਤੇ ਮਾਈ ਭਾਗੋ ਜੀ ਦਾ ਜਨਮ ਹੋਇਆ। ਮਾਈ ਭਾਗੋ ਜੀ ਵੀ ਬਾਬਾ ਲੰਗਾਹ ਜੀ ਦੇ ਪਰਿਵਾਰ ਦੇ ਵਿੱਚੋਂ ਹੀ ਸਨ। ਉਹਨਾਂ ਦੇ ਛੋਟੇ ਭਰਾ ਪੀਰੋ ਸ਼ਾਹ ਦੀ ਪੋਤਰੀ ਸਨ ਮਾਈ ਭਾਗੋ ਜੀ। ਜਦ ਕੁਝ ਸਿੰਘ ਜਿਹੜੇ ਸੀ ਉਹ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚੋਂ ਬਦਾਵਾ ਲਿਖ ਕੇ ਗੁਰੂ ਸਾਹਿਬ ਨੂੰ ਵਾਪਸ ਮਾਝੇ ਦੀ ਧਰਤੀ 'ਤੇ ਆ ਗਏ ਸਨ, ਤਾਂ ਉਹਨਾਂ ਨੂੰ ਫਿਟਕਾਰਾਂ ਪਾ ਕੇ ਕਿ ਤੁਸੀਂ ਘਰ ਬੈਠ ਜਾਓ, ਚੂੜੀਆਂ ਪਾ ਕੇ ਤੁਸੀਂ ਗੁਰੂ ਸਾਹਿਬ ਨੂੰ ਸੰਕਟ ਦੀ ਘੜੀ 'ਚ ਛੱਡ ਕੇ ਆਏ ਜੀ, ਅਤੇ ਉਹਨਾਂ ਨੂੰ ਫਿਟਕਾਰਾਂ ਪਾ ਕੇ ਵਾਪਸ ਉਹਨਾਂ ਦੀ ਭੁੱਲ ਬਖਸ਼ਾਉਣ ਵਾਸਤੇ ਗੁਰੂ ਸਾਹਿਬ ਦੇ ਕੋਲ ਲੈ ਕੇ ਜਾਣ ਵਾਲੀ ਵੀ ਮਾਈ ਭਾਗੋ ਸੀ। ਰਾਣੀ ਦੀ ਢਾਬ 'ਤੇ ਉੱਪਰ ਹੋਏ ਘਮਸਾਨ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹ ਵਾਲਾ ਬਦਾਵਾ ਜਿਹੜਾ ਸੀ ਆਪਣੇ ਹੱਥੀਂ ਪਾੜ ਦਿੱਤਾ, ਅਤੇ ਮਾਝੇ ਦੀ ਚੁੱਟੀ ਗੰਢ ਦਿੱਤੀ। ਇਹ ਜਿਹੜੀ ਇਮਾਰਤ ਤੁਸੀਂ ਦੇਖਦੇ ਪਏ ਹੋ, ਇਹ ਬਾਬਾ ਲੰਗਾਹ ਜੀ ਦੇ ਮਹਿਲ ਹੁੰਦੇ ਸਨ, ਅਤੇ ਇੱਥੇ ਇੱਕ ਭੂਰਾ ਸਾਹਿਬ ਬਣਿਆ ਜਿੱਥੇ ਮਾਈ ਭਾਗੋ ਜੀ ਦਾ ਜਨਮ ਸਥਾਨ ਆ, ਅਤੇ ਇਹਦੇ ਨੀਚੇ ਬਿਲਕੁਲ ਭੂਰਾ ਸਾਹਿਬ ਜਿਹੜਾ ਸਥਿਤ ਹੈਗਾ ਏ। ਭੂਰਾ ਸਾਹਿਬ ਨੂੰ ਜਾਂਦਾ ਇੱਕ ਰਸਤਾ ਨੀਚੇ ਨੂੰ, ਛੋਟੀਆਂ ਇੱਟਾਂ ਦਾ ਸਾਰਾ ਇਹ ਬਣਿਆ ਹੋਇਆ ਵਾ, ਅਤੇ ਇਹ ਉਹੀ ਮਹਿਲ ਸਨ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰੀ ਬੀਬੀ ਵੀਰੋ ਜੀ ਦਾ ਜਿਹੜਾ ਸੀ ਵਿਆਹ ਹੋਇਆ ਸੀ, ਅਤੇ ਉਹਨਾਂ ਦਾ ਸਥਾਨ ਬਿਲਕੁਲ ਨਾਲ ਜਿਹੜਾ ਉਹ ਸਥਿਤ ਹੈਗਾ ਏ। ਉਹਦੇ ਵੀ ਆਪਾਂ ਨੈਕਸਟ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ। ਅਤੇ ਇਹ ਨੀਚੇ ਜਿਹੜਾ ਰਸਤਾ ਜਾ ਕੇ ਬਿਲਕੁਲ ਪੁਰਾਣਾ ਬਣਿਆ ਹੋਇਆ, ਇੱਥੇ ਫੋਟੋਆਂ ਜਿਹੜੀਆਂ ਸੁਸ਼ੋਭਿਤ ਹੈਗੀਆਂ ਨੇ ਬਾਬਾ ਖੜਕ ਸਿੰਘ ਜੀ ਦੀ, ਮਾਈ ਭਾਗੋ ਜੀ ਦੀ, ਸ਼੍ਰੀ ਹਰਿਮੰਦਰ ਸਾਹਿਬ ਜੀ ਦੀ, ਅਤੇ ਬਾਕੀ ਵੀ ਹੋਰ ਸਾਰੀਆਂ ਫੋਟੋਜ਼, ਅਤੇ ਉੱਪਰ ਤੋਂ ਲੈ ਕੇ ਨੀਚੇ ਤੱਕ ਬੜਾ ਨਾ ਇਹ ਛੋਟੀ ਛੋਟੀ ਇੱਟ ਦਾ ਬਣਿਆ ਹੋਇਆ ਪੁਰਾਣਾ ਘਰ ਆ ਬਾਬਾ ਲੰਗਾਹ ਜੀ ਦਾ। ਤੁਸੀਂ ਵੀ ਸਾਰੇ ਦਰਸ਼ਨ ਕਰੋ। ਅੱਜ ਵੀ ਇਸ ਜਗ੍ਹਾ ਨੂੰ ਬੜੀ ਖੂਬਸੂਰਤੀ ਦੇ ਨਾਲ ਸੰਭਾਲਿਆ ਗਿਆ ਹੈ, ਅਤੇ ਹੋਰ ਵੀ ਸਾਨੂੰ ਸਾਂਭ ਸੰਭਾਲ ਕਰਨੀ ਚਾਹੀਦੀ। ਜਿੱਥੇ ਕੋਈ ਚੀਜ਼ ਸਾਨੂੰ ਲੱਗਦਾ ਹੈ ਕਿ ਆਪਾਂ ਸਾਂਭ ਸਕਦੇ ਹਾਂ, ਹੋਰ ਪੁਰਾਣੀਆਂ ਵਿਰਾਸਤਾਂ ਨੂੰ ਸਾਂਭਣਾ ਚਾਹੀਦਾ ਹੈ। ਅਤੇ ਇਹ ਉਹੀ ਮਹਿਲ ਸਨ ਜਿੱਥੇ ਇਸ ਪੂਰੇ ਸਥਾਨ ਝਬਾਲ ਦੇ ਵਿੱਚ ਬੀਬੀ ਵੀਰੋ ਜੀ ਦੇ ਜਿਹੜੇ ਫੇਰੇ ਹੋਏ ਸਨ, ਅਤੇ ਉਹਨਾਂ ਦਾ ਜਿਹੜਾ ਸਥਾਨ ਬਿਲਕੁਲ ਨਾਲ ਸਥਿਤ ਆ, ਕਿਉਂਕਿ ਅੰਮ੍ਰਿਤਸਰ ਵਿਖੇ
ਸ਼ਾਹੀ ਫੌਜਾਂ ਦੇ ਨਾਲ ਜਦੋਂ ਯੁੱਧ ਹੋਇਆ ਸੀ, ਕਿਉਂਕਿ ਸ਼ਾਹੀ ਫੌਜਾਂ ਆ ਗਈਆਂ ਸੀ, ਅਤੇ ਇਸ ਉਪਰੰਤ ਜਿਹੜੇ ਉਹਨਾਂ ਦੇ ਫੇਰੇ ਸੀ ਜਿਹੜੇ ਉਹ ਝਬਾਲ ਪਿੰਡ ਦੇ ਵਿੱਚ ਕੀਤੇ ਗਏ ਸਨ। ਸਾਨੂੰ ਸਾਰਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਕੌਣ ਸਨ ਬਾਬਾ ਲਗਾ ਜੀ, ਕਿਵੇਂ ਉਹਨਾਂ ਨੇ ਗੁਰਸਿੱਖੀ ਨੂੰ ਧਾਰਨ ਕੀਤਾ, ਕੌਣ ਸਨ ਮਾਈ ਭਾਗੋ ਜੀ, ਅਤੇ ਕਿਵੇਂ ਉਹਨਾਂ ਨੇ 40 ਮੁਕਤਿਆਂ ਦੀ ਭੁੱਲ ਬਖਸ਼ਾਈ ਅਤੇ ਮਾਝੇ ਦੀ ਜਿਹੜੀ ਉਹ ਟੁੱਟੀ ਗੰਢੀ ਸੀ। ਸੋ ਇਹ ਸਾਰਾ ਇਤਿਹਾਸ ਜਿਹੜਾ ਆਪਾਂ ਨੂੰ ਪੜ੍ਹਨਾ ਚਾਹੀਦਾ ਹੈ, ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ, ਤਾਂ ਕਿ ਉਹ ਵੀ ਸਿੱਖ ਧਰਮ ਦੇ ਨਾਲ ਜੁੜ ਸਕਣ ਅਤੇ ਸਿੱਖੀ ਨੂੰ ਜਿਹੜਾ ਉਹ ਧਾਰਨ ਕਰ ਸਕਣ।